ਇਹ ਇੱਕ ਸਧਾਰਨ ਸਾਈਫਨ ਹੈ ਤੁਹਾਨੂੰ ਜ਼ਰੂਰਤ ਹੈ ਇੱਕ ਕੱਪ ਇੱਕ ਕੈਂਚੀ ਅਤੇ ਇੱਕ ਮੋੜੀ ਹੋਈ ਸਟਰॉ ਦੀ ਕੈਂਚੀ ਦੀ ਮਦਦ ਨਾਲ ਕੱਪ ਦੇ ਨਿਚਲੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਛੇਦ ਕਰ ਲਵੋ ਹੁਣ ਇੱਕ ਸਟਰॉ ਲਓ ਜੋ ਕਿ ਮੁੜ ਸਕਦੀ ਹੈ ਜਿਸ ਉੱਤੇ ਨਿਸ਼ਾਨ ਬਨੇ ਹੁੰਦੇ ਹਨ ਉਸ ਸਟਰॉ ਦੇ ਲੰਬੇ ਹਿੱਸੇ ਨੂੰ ਛੇਦ ਵਿੱਚ ਪਾਓ ਸਟਰॉ ਇਸ ਤਰੀਕੇ ਨਾਲ ਛੇਦ ਵਿੱਚ ਫਿਕਸ ਹੋਣੀ ਚਾਹੀਦੀ ਹੈ ਤਾਂ ਕਿ ਕੱਪ ਅਤੇ ਸਟਰॉ ਦੇ ਵਿੱਚੋਂ ਪਾਣੀ ਬਾਹਰ ਲੀਕ ਨਾ ਹੋਵੇ ਤੁਸੀਂ ਸਟ੍ਰੌ ਨੂੰ ਫਿਕਸ ਕਰਨ ਲਈ ਗੋੰਦੀ ਵਰਤੋਂ ਵੀ ਕਰ ਸਕਦੇ ਹੋ ਹੁਣ ਕੱਪ ਨੂੰ ਪਾਣੀ ਨਾਲ ਭਰੋ ਅਤੇ ਪਾਣੀ ਦੇ ਲੈਵਲ ਨੂੰ ਉੱਤੇ ਲੈ ਕੇ ਜਾਓ ਤੁਸੀਂ ਦੇਖੋਗੇ ਕਿ ਸ਼ੁਰੂ ਵਿੱਚ ਕੁਝ ਵੀ ਨਹੀਂ ਹੋ ਰਿਹਾ ਪਰ ਜਿਵੇਂ ਹੀ ਪਾਣੀ ਦਾ ਪੱਧਰ ਮੋੜ ਤੋਂ ਉੱਤੇ ਜਾਵੇਗਾ ਪਾਣੀ ਦੀ ਬਹੁਤ ਹੀ ਤੇਜ਼ ਧਾਰਾ ਸਟ੍ਰੌ ਵਿੱਚੋਂ ਬਾਹਰ ਆਏਗੀ ਇਹ ਇੱਕ ਸਿੰਪਲ ਸਾਈਫਨ ਹੈ ਤੁਸੀਂ ਸੇਮ ਐਕਸਪੈਰੀਮੈਂਟ ਰੰਗीन ਪਾਣੀ ਨਾਲ ਵੀ ਕਰ ਸਕਦੇ ਹੋ ਰੰਗीन ਪਾਣੀ ਨੂੰ ਕੱਪ ਵਿੱਚ ਪਾਓ ਅਤੇ ਪਾਣੀ ਦਾ ਪੱਧਰ ਉੱਚਾ ਕਰੋ ਜਿਵੇਂ ਹੀ ਪਾਣੀ ਦਾ ਪੱਧਰ ਮੋੜ ਤੋਂ ਉੱਤੇ ਜਾਏਗਾ ਪਾਣੀ ਦੀ ਤੇਜ਼ ਧਾਰਾ ਸਟ੍ਰਾਅ ਵਿੱਚੋਂ ਬਾਹਰ ਆਏਗੀ ਇੱਕ ਬਹੁਤ ਹੀ ਸ਼ਾਨਦਾਰ ਸਾਈਫਨ ਹੈ ਤੁਹਾਨੂੰ ਸਿਰਫ ਇੱਕ ਕੱਪ ਇੱਕ ਸਟ੍ਰਾਅ ਅਤੇ ਇੱਕ ਰੰਗीन ਪਾਣੀ ਚਾਹੀਦਾ ਹੈ ਇਸ ਲਈ ਇਸ ਦਾ ਆਨੰਦ ਲਓ